ਕਾਲਾ ਭਾਈ ਕਿ ਨਹੀਂ ਦਿੰਦੇ ਚਸ ਅਜ਼ਮਾਈ ਬੈਠਾ ਜਿਹੜੇ ਫਲ ਬੇਰੁੱਤੇ ਹੁੰਦੇ ਹਾਂ ਹਾਂ ਵਾਜੀ ਵਾ ਕੀ ਲੱਗਦੇ ਸਿਰਫ ਜ਼ੁਬਾਨ ਦੇ ਹੁੰਦੇ ਨੇ ਕੀ ਜਾਨ ਤੋਂ ਉੱਤੇ ਹੁੰਦੇ ਨੇ ਔਰ ਬਾਂਡੇ ਕਰ ਮੁਸ਼ਤਾਕ ਪਲੀਤ ਜਾਂਦੇ ਨੇ ਸਾਈਂ ਕੋਲ ਵੀ ਸੁੱਤੇ ਹੁੰਦੇ ਨੇ ਵਾ ਵਾ ਆ ਕਿਸੇ ਭੁੱਲ ਚ ਨਾ ਤੂੰ ਮਾਰਿਆ ਜਾਈ ਕੁੱਤੇ ਆਖਰ ਕੁੱਤੇ ਹੀ ਹੁੰਦੇ ਨੇ ਕਿਆ ਬਾਤ ਆ ਚਲੋ ਜੀ ਲਾਲ ਰੰਗ ਦਾ 125 ਸਵੇਰੇ ਪੱਕਾ ਅੱਛਾ ਗੱਲ ਇਹ ਵੇ ਕੇ ਅੰਬਰ ਡੋਗਰ ਦੀ ਗੱਡੀ ਅਸੀਂ ਕਿਰਾਏ ਰੱਖੀ ਸ਼ਾਦੀ ਤੇ ਉਹਦਾ ਇਨਾਮਲੀ ਜਿਹੜਾ ਡਾਲਾ ਨੀ ਡਾਲਾ ਉਹ ਇਨਾਮਲੀ ਇੱਥੇ ਲਿਆਂਦਾ ਸੀ ਡੋਗਰ ਸਾਹਿਬ ਨੇ ਲਿਆਂਦਾ ਇਹਦਾ ਡਰਾਈਵਰ ਇੱਕ ਚਾਚਾ ਕਾਲਾ ਸਾਰੇ ਬੰਦੇ ਜਾਣਦੇ ਹੋਣੇ ਉਹਨੂੰ ਸ਼ੀਸ਼ਨਾਗ ਅੱਛਾ ਜਿਸ ਟਾਈਮ ਉਹਨੇ ਗੱਡੀ ਲੈ ਕੇ ਆਉਣਾ ਫੈਸਲਾਬਾਦ ਨਹਿਰੋ ਨਹਿਰ ਆਉਣਾ ਸੀ ਫੈਸਲਾਬਾਦ ਤੋਂ ਗੱਡੀ ਭੁੱਲ ਕੇ ਤੇ ਉਹਨਾਂ ਰੋਡ ਭੁੱਲ ਗਿਆ ਭੁੱਲ ਕੇ ਜਨਾਬ ਮੇਰੀ ਉਹ ਸਿੱਧਾ ਵੜ ਗਿਆ ਲਾਹੌਰ ਨੂੰ ਤੇ ਜ਼ਲੀਲੋ ਖੁਆਰ ਸਾਨੂੰ ਕੀਤਾ ਤੇ ਮੈਂ ਆਖਿਆ ਚਾਚਾ ਤੂੰ ਕੀ ਕੀਤਾ ਅੱਗੋਂ ਅੰਬਰ ਬੱਟੂ ਸਾਡੇ ਨਾਲ ਬੈਠਾ ਸੀ ਅੰਬਰ ਆਂਦਾ ਚਾਚਾ ਕਿਧਰੇ ਹੋ ਜਾਏ ਮੈਨੂੰ ਤੇਰੇ ਨਾਲ ਪਿਆਰ ਜਵਾਂਦਾ ਵੀ ਖਾਨਾ ਅੱਗੋ ਡਰਾਈਵਰ ਬੋਲ ਕੇ ਆਂਦਾ ਫਿਰ ਖਾਨਾ ਖਰਾਬ ਹੈ ਅਸੀਂ ਆਖਿਆ ਖਾਨਾ ਕਿਵੇਂ ਖਰਾਬ ਹੈ ਅੱਗੋ ਡਰਾਈਵਰ ਜਿਹੜਾ ਡੋਗਰ ਸਾਹਿਬ ਦਾ ਡਰਾਈਵਰ ਆਂਦਾ ਖਾਨਾ ਖਰਾਬ ਵੀ ਮੈਂ ਵੀ ਰੁਲਿਆ ਪਿਆ ਇਹ ਵੀ ਰੁਲ ਜਾ ਸੀ ਜਦੋਂ ਅਸੀਂ ਥੋੜੇ ਜਿਹੇ ਹੋਰ ਦੱਬਿਆ ਨੇ ਕਿ ਚਾਚਾ ਤੂੰ ਕੀ ਕੀਤਾ ਦੁੱਲੇ ਵਾਲੀ ਗੱਡੀ ਤੰਗਾਂ ਲੰਘ ਗਿਆ ਦਾ ਪੁੱਤਰ ਮੈਂ ਬੰਦਾ ਨੇ ਪਾੜਾ ਤੁਸੀਂ ਸ਼ੁਕਰ ਕਰੋ ਮੈਂ ਤੁਹਾਨੂੰ ਲਈ ਫਿਰਨਾ ਭਾਈਜਾਨ ਸਰਦਾਰ ਅੰਬਰ ਡੋਗਰ ਮੇਰਾ ਵੀਰ ਏ ਇਸ ਆਈ ਡੀ ਨੂੰ ਫਾਲੋ ਵੀ ਕਰਨਾ ਹੈ ਤੇ ਵਿੱਚ ਮੈਦਾਨ ਦੇ ਚੱਸ ਲੈਣੀ ਕਹਿੰਦਾ ਨਾ ਇਹ ਘੋੜਾ ਆਏ ਤੇ ਪਰ ਜੇ ਅਸੀਂ ਖੋਲਣੇ ਨੇ ਪਰ ਉੱਡੇਗਾ ਉੱਡੇਗਾ ਕਾਲਾ ਬ੍ਰਾਂਡ ਭਾਈ ਤੁਹਾਡੀ ਨਜ਼ਰ ਦੌੜਾ ਕਿ ਹੱਥ ਤੀਲਾ ਜਦਨ ਮਲੰਗ ਦੇ ਆਉਂਦਾ ਹੈ ਲੈਂਦਾ ਵੱਡੇ ਵੱਡੇ ਢੋਲ ਖਲਾਰੇ ਉਹ ਬਾਵੇਂ ਚੀਰ ਦੇਵੇ ਬਾਵੇਂ ਫਾੜ ਦੇਵੇ ਕਾਲਾ ਬ੍ਰਾਂਡ ਖੁਦ ਮੁਖਤਿਆਰ ਏ ਕਿਆ ਬਾਤ ਤੇਗੂ ਵੇਖ ਤੇ ਸਹੀ ਕਾਲਾ ਬ੍ਰਾਂਡ ਖਲੋਤਾ ਏ ਕੁਝ ਹੋਸ਼ ਚਾਓ ਸਰਕਾਰ ਏ ਕਿਆ ਬਾਤ ਅਸੀਂ ਤਰਲੇ ਕਰਕੇ ਲਾਇਕ ਨੀ ਲੈ ਸਾਨੂੰ ਮੰਨਿਆ ਮੁਲਕ ਸਟਾਰ ਏ ਕਿਆ ਬਾਤ ਵਾਜੀ ਵਾ ਲਓ ਜੀ ਇਹ ਵੀਰ ਆਪਣਾ ਹਮਾਦ ਜੱਟ ਸਮੁੰਦਰੀ ਤੋਂ ਮਿਲਣ ਆਇਆ ਜੱਟ ਬ੍ਰਾਂਡ ਦੇ ਨਾਲ ਜੱਟ ਬ੍ਰਾਂਡ ਦਾ ਵੀਰ ਏ ਠੀਕ ਏ ਜੱਟ ਬ੍ਰਾਂਡ ਦੇ ਭਰਾ ਏ ਆਪਣਾ ਵੀ ਵੀਰ ਏ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਔਰ ਇੱਕ ਵਾਰੀ ਘੁਮਾ ਦਿਓ ਜ਼ਰਾ ਇਹਨੂੰ ਪਤਾ ਲੱਗਣਾ ਚਾਹੀਦਾ ਵੀ ਕਾਲੇ ਬ੍ਰਾਂਡ ਦੇ ਬੰਦੇ ਵੀ ਬ੍ਰਾਂਡ ਨੇ ਹੁਣ ਕੈਮਰੇ ਓਪਨ ਨੇ ਤੇ ਗੱਲ ਕਰਦੇ ਮੇਰਾ ਵਿਆਹ ਕਰਾਓ ਮੇਰੀ ਆਖਰੀ ਖੁਆਇਸ਼ ਅਗਰ ਅੱਲਾਹ ਮਾਫ ਕਰੇ ਕੁਛ ਹੋ ਜਾਏ ਤੇ ਸਰਕਾਰ ਮੇਰੀ ਮੇਰੀ ਫੈਮਿਲੀ ਮੇਰੇ ਘਰ ਵਾਲਿਆਂ ਨੂੰ ਕਹਿ ਦੇਣਾ ਕਿ ਕਾਲੇ ਦੇ ਨਾਂ ਦੀ ਇੱਕ ਮਸਜਿਦ ਬਣਵਾ ਦਿਓ ਮੇਰੀ ਆਖਰੀ ਖੁਆਇਸ਼ ਹੈ ਮੈਂ ਆਪਣੀ ਮਾਂ ਨੂੰ ਮਿਲਣਾ ਚਾਹਨਾ ਤੇ ਮੈਨੂੰ ਕੁਝ ਨਾ ਹੋਵੇ ਮੇਰੀ ਪਹਿਲੀ ਸ਼ੁਰੂ ਹੋਣ ਹੋਈ ਹੈ ਆਖਰੀ ਤੇ ਬੜੀ ਦੂਰ ਆਵਣੀ ਹੈ ਨਾ ਨਾ ਤੂੰ ਰਹਿਣ ਦੇ ਮੇਰੀ ਇੱਕ ਪਹਿਲੀ ਖੁਆਇਸ਼ ਮੈਂ ਦੱਸਣਾ ਕਿ ਯਾਰ ਅਸੀਂ ਤਰਾਵੇ ਇਕੱਠੇ ਬੈਠੇ ਹਾਂ ਇਸੇ ਤਰ੍ਹਾਂ ਇੱਜ਼ਤ ਨਾਲ ਕੱਟ ਜਾਈ ਆਮੀਨ ਬਗੈਰ ਕਿਸੇ ਟੈਨਸ਼ਨ ਦੂਜੀ ਖੁਆਇਸ਼ ਹੈ ਜਿਹੜੀ ਬਿਰਿਆਨੀ ਬਣੀ ਇਹਨਾਂ ਦੇ ਮਿਰਚਾਂ ਘੱਟ ਆਉਣ ਲੱਲਾ ਇੱਕ ਤੈਨੂੰ ਗੱਲ ਦੱਸਾਂ ਹਾਂ ਕਈ ਰਿਜ਼ਕ ਦੇ ਨਾਂ ਨਹੀਂ ਲਿਖੇ ਆਉਂਦਾ ਕਸਮ ਅੱਲਾ ਦੀ ਕਸਮ ਰਿਜ਼ਕ ਦੇ ਨਾਂ ਨਹੀਂ ਲਿਖੇ ਆਉਂਦਾ ਅਸੀਂ ਬਿਰਿਆਨੀ ਖਾਣ ਆਏ ਆ ਤੇ ਵੇਖ ਲੋ ਬਿਰਿਆਨੀ ਪੱਕੀ ਰਹਿ ਗਈ ਇਹਦੇ ਦੀ ਉਹਦੇ ਖਲੇ ਆ ਤੇ ਦੂਜਾ ਜੇ ਬਿਰਿਆਨੀ ਚ ਮਿਰਚਾਂ ਘੱਟ ਹੋਈਆਂ ਖਾ ਵੀ ਲਈ ਤੇ ਜਿਹੜੀ ਫਿਲਮ ਅਸੀਂ ਵੇਖਣੀ ਕਿਸੇ ਕੰਮ ਦੀ ਆਵੇ ਅਸਲਾਮ ਅਲੈਕਮ ਟਿਕਟੋਕ ਫੈਮਿਲੀ ਮੇਰਾ ਬਹੁਤ ਹੀ ਪਿਆਰਾ ਭਾਈ ਸਾਕਬ ਚੌਧਰੀ ਪੂਰੀ ਮਾਰਕੀਟ ਜਾਣਦੀ ਏ ਸਾਕਬ ਇੱਕ ਬ੍ਰਾਂਡ ਏ ਔਰ ਯਾਰਾਂ ਦਾ ਯਾਰ ਏ ਤੇ ਇਹ ਸਾਕਬ ਭਾਈ ਦੇ ਕਜ਼ਨ ਨੇ ਇਹ ਭਾਈ ਜ਼ਿਲਮ ਤੋਂ ਆਏ ਨੇ ਔਰ ਜ਼ਿਲਮ ਵਾਲੇ ਇੱਕ ਬ੍ਰਾਂਡ ਨੇ ਜਿੱਥੇ ਜ਼ਿਲਮ ਵਾਲੇ ਜਾਂਦੇ ਨੇ ਆਪਣਾ ਮਨਾਉਂਦੇ ਨੇ
ਕਿਉਂ ਡੱਬ ਲਿਆ ਦੱਸ ਕੇ ਲੈਣਾ ਚੱਕਾ ਜਾਮ ਕੀਤਾ ਕਿ ਜੇ ਨਵਾਂ ਵਾਲੇ ਹਾਂਜੀ ਜਨਮ ਭਾਈ ਇੱਕ ਬ੍ਰਾਂਡ ਹੈ ਜ਼ਿੰਦਾਬਾਦ ਹੈ ਆਈ ਲਵ ਯੂ ਜਨਮ ਵਾਲੇ ਹੋ ਜਿੰਨੇ ਵੀ ਜਨਮ ਜ਼ਿਲ੍ਹਾ ਜਨਮ ਦੇ ਸਰਕਾਰ ਬੰਦੇ ਨੇ ਰਿਸਪੈਕਟਫੁਲ ਬੰਦੇ ਨੇ ਆਈ ਲਵ ਯੂ ਜਨਮ ਵਾਲੇ ਹੋ ਖਾਲੇ ਨਹੀਂ ਮਫਤਾ ਨੇ ਜਨਮ ਵਾਲੇ ਸਾਰੇ ਓਕੇ ਹੋ ਗਏ ਲਓ ਜੀ ਮੇਰੀ ਜਾਨ ਜੱਟ ਬ੍ਰਾਂਡ ਪੱਪੂ ਫਰਾਮ ਜੁਬਾਨ ਜੱਟ ਬ੍ਰਾਂਡ ਸਾਊਦੀ ਅਰਬ ਐਂਡ ਸਮੁੰਦਰੀ ਮੇਰੀ ਖੁਸ਼ੀ ਵਿੱਚ ਸ਼ਾਮਿਲ ਹੋਏ ਨੇ ਮੇਰੇ ਭਰਾ ਮੇਰੀ ਸ਼ਾਦੀ 'ਤੇ ਅੱਜ ਮੇਰੇ ਕੋਲ ਨੇ ਸੁਬਾਹ ਇਨਸ਼ਾਅੱਲਾ ਭਰਾ ਅਤੇ ਭਰਾਵਾਂ ਦੀ ਮੁਹੱਬਤ ਅਤੇ ਭਰਾ ਲਾਕਡਾਊਨ ਲੱਗਿਆ 13-13 ਘੰਟੇ ਦੀ ਡਰਾਈਵ ਕਰਕੇ ਬੰਦੇ ਜੀ ਨਾਲ ਮੇਰੀ ਆਏ ਨੇ ਔਰ ਜਿੱਥੇ 5-6 ਘੰਟੇ ਦੀ ਡਰਾਈਵ ਹੈ ਉੱਥੇ 13 ਘੰਟੇ ਫਸਲਾਂ ਦੇ ਵਿੱਚੋਂ ਜ਼ਰੀਲ ਹੋ ਖੱਜਲ ਖੁਆਰੀਆਂ ਕਰ ਕੁਰ ਕੇ ਵੇਖ ਲਾ ਪਹੁੰਚ ਗਏ ਪੱਪੂ ਖੇਡਾਂ ਤੇਰੀਆਂ ਜੱਟਾ ਮੈਚ ਨਹੀਂ ਜਾਣਾ ਚਾਹੀਦਾ ਵਿੱਚ ਮੈਦਾਨ ਦੇ ਅੱਠ ਜੱਟਾ ਤੇਰੀਆਂ ਉਹ ਤੈਨੂੰ ਸੁਬਾਹ ਪੋਸਟਰ ਦੇਵਾਂਗੇ ਅਸੀਂ ਸੁਬਾਹ ਮੈਨੂੰ ਪਹਿਲਾਂ ਸ਼ਾਇਦ ਦੌੜਨੀ ਹੈ